ਓਕੇ ਜਾ ਜਦੋਂ ਤੁਸੀਂ ਪਹਿਲੀ ਵਾਰੀ ਆਏ ਕੈਨੇਡਾ ਨੂੰ ਜਦੋਂ ਤੁਹਾਡਾ ਵਿਆਹ ਹਲੇ ਹੋਇਆ ਤੁਹਾਡਾ ਵਿਆਹ ਇੰਡੀਆ ਹੋਇਆ ਸੀ ਇੰਡੀਆ ਹੋਇਆ ਪਰ ਪਹਿਲੀ ਵਾਰੀ ਜਦੋਂ ਆਏ ਸੀਗੇ ਜਦੋਂ ਆਂਟੀ ਹਲੇ ਆਈ ਨਹੀਂ ਸੀ ਕੈਨੇਡਾ ਨੂੰ ਫਿਰ ਜਿਹੜੇ ਪਾਈ ਸੀਗੇ ਮਿੱਲਾਂ 'ਚ ਕੰਮ ਕਰਦੇ ਉਹ ਕੀ ਕਰਦੇ ਹੁੰਦੇ ਸੀਗੇ ਇਹਦਾ ਅਸੀਂ ਆਪਣਾ ਇੰਜੋਏ ਕਰਨਾ ਤੇ ਜੋ ਕੁਛ ਖਰੀਦਣਾ ਸੀ ਆਪਣਾ ਪ੍ਰਾਈਵੇਟ ਰੋਟੀ ਪਾਣੀ ਦਾ ਇੰਤਜ਼ਾਮ ਸੀ ਉੱਥੇ ਬੰਕ ਹਾਊਸਾਂ ਦੇ ਵਿੱਚ ਜਿਹੜਾ ਕੁੱਕ ਹਾਊਸ ਸੀ ਉਹਦੇ ਵਿੱਚ ਚਾਹ ਤਾਂ ਰੋਟੀ ਦਾ ਦੋ ਵੇਲੇ ਰੋਟੀ ਤੇ ਚਾਹ ਉਹਦੇ ਉੱਤੇ ਜੇ ਤੁਸੀਂ ਆਪਣਾ ਪ੍ਰਾਈਵੇਟ ਕੋਈ ਖਾਣਾ ਪੀਣਾ ਹੋਰ ਲੈਣਾ ਪੀਣ ਪੂਣ ਦਾ ਜਿੱਦਾਂ ਵੀ ਉਹ ਫਿਰ ਇੱਥੋਂ ਤੁਸੀਂ ਲੈ ਜਾਓ ਨਾਲੇ ਆਪਣਾ ਇੰਜੋਏ ਕਰ ਜਾਓ ਤੇ ਐਤਵਾਰ ਤਾਂ ਫਿਰ ਮੂਹਰੇ ਸੋਮਵਾਰ ਆਉਂਦਾ ਤੇ ਰੈਸਟ ਕਰਨੀ ਕਹਿਣਾ ਫਿਰ ਰੈਸਟ ਕਰ ਲਓ ਆਪਣਾ ਇਹੋ ਕੰਮ ਸੀਗਾ ਤੇ ਮੈਂ ਮੇਰਾ ਉਹਦਾ ਜ਼ਿਆਦਾ ਇਹੋ ਰਿਹਾ ਜਿੱਦਾਂ ਮੈਂ ਹੁਣ ਤੁਹਾਨੂੰ ਦੱਸਿਆ ਜਿਹੜੇ ਦੋ ਸਾਲ ਸੀਗੇ ਉਹ ਪਹਿਲੇ ਜਿਹੜੇ ਇਹਨਾਂ ਦੇ ਆਉਣ ਤੋਂ ਉਹ ਮੇਰੇ ਤਾਂ ਫਿਰ ਇੱਦਾਂ ਨਿਕਲੇ ਉਹਨਾਂ ਦੇ ਨਾਲ ਹੀ ਜ਼ਿਆਦਾ ਸਨਿਚਰਵਾਰ ਨੂੰ ਉਹਨਾਂ ਨੂੰ ਮੈਨੂੰ ਉੱਥੇ ਲੈ ਆਉਣਾ ਸਨਿਚਰਵਾਰ ਨੂੰ ਗੋਲਡਨ ਨੂੰ ਉੱਥੋਂ ਆਪ ਡਾਂਡ ਤੋਂ ਲੈ ਆਉਣਾ ਅਤੇ ਫਿਰ ਅਸੀਂ ਘੁੰਮਦੇ ਫਿਰਦੇ ਰਹਿਣਾ ਰਾਤ ਉੱਧਰ ਐਡਮਿੰਟਨ ਕੱਟਣੀ ਕਦੇ ਕਲਗੜੀ ਕੱਟਣੀ ਮਤਲਬ ਰਾਈਟ ਅਤੇ ਕਦੇ ਕਰੈਮਬੁੱਕ ਰਾਤ ਕੱਟਣੀ ਅਤੇ ਦੂਜੇ ਦਿਨ ਐਤਵਾਰ ਨੂੰ ਤਕਾਲ ਨੂੰ ਆਉਣਾ ਫਿਰ ਮੈਨੂੰ ਉਹਨਾਂ ਨੂੰ ਉੱਥੇ ਛੱਡ ਆਉਣਾ ਤਾਂ ਮੇਰਾ ਤਾਂ ਜ਼ਿਆਦਾ ਟਾਈਮ ਹੈ ਮੈਂ ਕਹਾਂ ਦੋ ਸਾਲ ਜਿਹੜੇ ਮੇਰੇ ਸੀ ਅਤੇ ਜਦ ਫਿਰ ਇਹ ਆ ਗਿਆ ਤਾਂ ਫਿਰ ਆਪਣੇ ਟੱਬਰ ਉਸ ਹਿਸਾਬ ਨਾਲ ਫਿਰ ਆਦਮੀ ਘਰ ਦੇ ਵਿੱਚ ਆਪਣੇ ਨਿਆਣਿਆਂ ਦੇ ਵਿੱਚ ਰਾਈਟ ਤੇ ਲੜਕਾ ਮੇਰਾ 9 ਸਾਲ ਦਾ ਸੀ ਜਿਹੜਾ ਲੜਕਾ ਬੜੀ ਲੜਕੀ ਦਾ ਚਲੋ ਵਿਆਹ ਹੋਈ ਸੀ ਉਹ ਤਾਂ 18-19 ਸਾਲ ਦੀ ਹੋਈ ਸੀ ਉਸ ਵੇਲੇ ਤਾਂ ਜਿਹੜਾ ਲੜਕਾ ਸੀਗਾ 9 ਸਾਲ ਦਾ ਸੀ ਜਿਹੜੀ ਲੜਕੀ ਸੀ ਉਹ ਤੋਂ ਛੋਟੀ ਉਹ 7 ਸਾਲ ਦੀ ਸੀ ਜਿਹੜੀ ਸਾਰਿਆਂ ਤੋਂ ਛੋਟੀ ਸੀ ਉਹ 3 ਸਾਲ ਦੀ ਸੀ ਤਿੰਨ ਸਾਲ ਦੀ ਸੀ ਹੋਰ ਕੋਈ ਕਹਾਣੀ ਹੈਗੀ ਆ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਆ ਸਾਂਝੇ ਤੁਸੀਂ ਫਿਰ 80 ਦੇ ਵਿੱਚ ਇੱਥੇ ਫਿਰ ਆਹ ਆਪਣੇ ਗੁਰਦੁਆਰਾ ਸ਼ੁਰੂ ਹੋਇਆ ਸੀ 82 'ਚ ਫਿਰ ਮੁਕੰਮਲ ਹੋਇਆ ਸੀਗਾ ਤਾਂ 82 ਤੋਂ ਬਾਅਦ ਫਿਰ ਮੈਂ ਗੁਰਦੁਆਰੇ ਦੇ ਵਿੱਚ ਇੱਥੇ ਇਨਵੋਲਵ ਰਿਹਾ ਜਿੱਦਾਂ 84 ਦੇ ਵਿੱਚ ਫਿਰ ਮੈਂ ਇੱਥੇ ਗੁਰਦੁਆਰੇ ਦਾ ਪ੍ਰਧਾਨ ਬਣਿਆ ਸੀ ਦੋ ਸਾਲ ਮੈਂ ਗੁਰਦੁਆਰੇ ਦਾ ਪ੍ਰਧਾਨ ਰਿਹਾ ਅਤੇ ਉਦੋਂ ਬਾਅਦ ਫਿਰ ਦੂਸਰੀ ਵਾਰੀ ਫਿਰ 87 ਦੇ ਵਿੱਚ ਜਾਂ ਕਿੰਨੇ ਦੇ ਵਿੱਚ ਮੈਂ ਫਿਰ ਕਮੇਟੀ 'ਚ ਰਿਹਾ 10-12 ਸਾਲ ਤਾਂ ਹੁਣ ਨਹੀਂ ਫਿਰ ਹੁਣ ਮੈਂ ਉਹ ਇੱਧਰ ਵੀ ਰਿਟਾਇਰ ਕਹਿ ਲਓ ਮੈਨੂੰ ਕਹਿੰਦੇ ਸੀ ਆ ਜਾ ਵਿੱਚ ਕਮੇਟੀ ਦੇ ਜਿਹੜਾ ਹੁਣ ਪ੍ਰਧਾਨ ਹੈ ਮੌਕੇ ਦਾ ਇਹ ਕਹਿੰਦਾ ਵੀ ਤੂੰ ਆ ਜਾ ਮੈਂ ਕਿਹਾ ਵੀ ਹੁਣ ਰਿਟਾਇਰ ਲਗਾਤਾਰ ਰਹਿੰਦੇ ਇੱਥੇ ਜਿਹੜਾ ਲੜਕਾ ਸੀ ਬੜਾ ਜਿਹੜਾ ਲੜਕਾ ਸੀਗਾ ਵੱਡੀ ਲੜਕੀ ਤੋਂ ਪਹਿਲੀ ਤੋਂ ਬਾਅਦ ਜਿਹੜਾ ਲੜਕਾ ਸੀਗਾ ਉਹ 78 ਦੇ ਵਿੱਚ ਗ੍ਰੈਜੂਏਟ ਹੋ ਕੇ ਆਪਣੇ ਵਾਟਰਲੂ ਯੂਨੀਵਰਸਿਟੀ ਜਿਹੜੀ ਹੈ ਉੱਥੋਂ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਤਾਂ ਉਹਨੂੰ ਉੱਥੇ ਵੀ ਕੰਮ ਸੀਗਾ ਪਰ ਇੱਥੋਂ ਫਿਰ ਗਏ ਸੀਗੇ ਵੈਨਕੂਵਰ ਤੋਂ ਜਿਹਨਾਂ ਨੂੰ ਇੰਜੀਨੀਅਰ ਚਾਹੀਦੇ ਸੀ ਉਹ ਫਿਰ ਉਹਨਾਂ ਨੇ ਕਿਹਾ ਉਹਨੇ ਫਿਰ ਸਾਨੂੰ ਫੋਨ ਕੀਤਾ ਆਪਣੇ ਉਹਨੇ ਫਿਰ ਸਾਨੂੰ ਫੋਨ ਕੀਤਾ ਅਤੇ ਮੈਨੂੰ ਕੰਮ ਤਾਂ ਇੱਥੇ ਵੀ ਹੈਗਾ ਜਦੋਂ ਡਿਗਰੀ ਲੈਂਦਾ ਸੀ ਤਾਂ ਫਰਾਂਸ ਦੀ ਕੰਪਨੀ ਸੀ ਜਿਹੜੀ ਉਹ ਮਿਸਾਈਲਾਂ ਜਿਹੜੀਆਂ ਉੱਪਰ ਨੂੰ ਜਾਂਦੀਆਂ ਉਹਨਾਂ ਦੇ ਹੋਲ ਬਣਾਉਂਦੀ ਸੀ ਉਹ ਕਹਿੰਦੇ ਮੈਨੂੰ ਕੰਮ ਤਾਂ ਇੱਥੇ ਵੀ ਹੈਗਾ ਤਾਂ ਫਿਰ ਮੈਨੂੰ ਬੈਂਕੋਰ ਵਾਲੇ ਵੀ ਸੱਦ ਕੇ ਗਏ ਆ ਜਿਹੜਾ ਇੰਜੀਨੀਅਰ ਜਿਹਨਾਂ ਨੂੰ ਚਾਹੀਦਾ ਤਾਂ ਫਿਰ ਤੁਸੀਂ ਦੱਸੋ ਅਸੀਂ ਕਿਹਾ ਫਿਰ ਇੱਥੇ ਕੋਲ ਆ ਜਾ ਫਿਰ ਉਹ ਫਿਰ ਬੈਂਕੋਵਰ ਆ ਗਿਆ ਅਤੇ 80 ਦੇ ਵਿੱਚ ਫਿਰ ਲੜਕੀ ਜਿਹੜੀ ਸੀਗੀ ਮੇਰੇ ਲੜਕੇ ਤੋਂ ਛੋਟੇ
ਰਾਣੀ ਉਹਦਾ ਨਾਮ ਹਾਂਜੀ ਤਾਂ ਉਹ ਫਿਰ ਗ੍ਰੈਜੂਏਟ ਹੋ ਗਈ ਉਹ ਕਹਿੰਦੀ ਵੀ ਮੈਂ ਕਿਹਾ ਹੁਣ ਉਹਦਾ ਨਹੀਂ ਪੜ੍ਹਨਾ ਤਾਂ ਇੰਨਾ ਠੀਕ ਆ ਤਾਂ ਉਹਦਾ ਫਿਰ ਵਿਆਹ ਏ ਟੀ ਵਿੱਚ ਕਰ ਦਿੱਤਾ ਉਹਦਾ ਹਸਬੈਂਡ ਆ ਗਿਆ ਉਹ ਵੀ ਪਿੱਛੋਂ ਟੀਚਰ ਸੀਗਾ ਤਾਂ ਉਹ ਫਿਰ ਇੱਥੋਂ ਕਰ ਗਈ ਮੂਵ ਹੋ ਗਿਆ ਇੱਥੇ ਵੀ ਉਹਨੂੰ ਕੰਮ ਨਾ ਸੀ ਮਿਲ ਦੇ ਪਿਆ ਆਪਣੇ ਲੜਕੇ ਨੂੰ ਸਾਡੇ ਨੂੰ ਤਾਂ ਉਹ ਫਿਰ ਕਰ ਗਈ ਮੂਵ ਹੋ ਗਿਆ ਤਾਂ ਉਹ ਫਿਰ ਹੁਣ ਉੱਥੇ ਅੱਜ ਇੱਥੇ ਬੈਗ ਬਣ ਜਾਂਗੇ ਨਾ ਗੱਤੇ ਦੇ ਬਕਸ ਜਿਹੜੇ ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਜਿਹਨਾਂ ਸਭ ਕੁਝ ਪੈਕ ਹੁੰਦਾ ਉਹ ਫਿਰ ਉਸ ਮਿਲ ਦੇ ਵਿੱਚ ਲੱਗ ਗਿਆ ਕੰਮ 'ਤੇ ਅਤੇ ਲੜਕੀ ਜਿਹੜੀ ਆ ਉਹ ਇਸ ਵੇਲੇ ਜਿਹੜੀਆਂ ਕਲਗਰੀ ਦੀਆਂ ਬ੍ਰਾਂਚਾਂ ਆ 15 ਹੋਣਗੀਆਂ ਜਾਂ ਕੇ ਵੱਧ ਘੱਟ ਜਿਹੜੀ ਹੈਗੀ ਆ ਪੜਾਈ ਕੀਤੀ ਹੈ 12th ਦੇ ਉੱਪਰ ਜਿਹੜੀ ਇਕਨੋਮਿਕ ਲਈ ਉਹਦੇ ਵਿੱਚੋਂ ਪੜਾਈ ਆਪੇ ਉਹਨੇ ਕੰਮ ਕਰਦੇ ਨੇ ਪੜ੍ਹ ਕੇ ਤੇ ਇਸ ਵੇਲੇ ਉਹ ਜਨਰਲ ਮੈਨੇਜਰ ਆ ਜਿਹੜੀ ਵੱਡੀ ਬ੍ਰਾਂਚ ਹੈਗੀ ਨੇ ਮਤਲਬ ਉਹਦੀ ਉਹਦੀ ਜਨਰਲ ਮੈਨੇਜਰ ਤਾਂ ਪਹਿਲਾਂ ਉਹ ਜਿਹੜਾ ਬੈਂਕਾਂ ਕਰਜ਼ਾ ਦਿੰਦੀਆਂ ਲੈਂਦੀਆਂ ਹੁੰਦੀਆਂ ਉਹਦੇ ਵਿੱਚ ਉਹ ਸੀਗੇ ਮੈਨੇਜਰ ਸੀਗੇ ਤਾਂ ਹੁਣ ਸਮੁੱਚੇ ਬੈਂਕ ਜਿਹੜੀ ਆ ਜਿਹੜੀ ਵੱਡੀ ਬ੍ਰਾਂਚ ਉਹਨਾਂ ਦੀ ਟੋਟਲ ਸਾਰੀ ਉਹਦੇ ਵਿੱਚ ਉਹ ਜਨਰਲ ਮੈਨੇਜਰ ਦੀ ਰੋਲ ਕਰਦੇ ਥੋੜ੍ਹੇ ਚਿਰ ਹੋਇਆ ਹਾਲੇ 6 ਮਹੀਨੇ ਉਹਦੇ ਤੇ ਗਏ ਥੈਂਕ ਯੂ ਅੰਕਲ ਤੁਸੀਂ ਅੱਜ ਮੇਰੇ ਨਾਲ ਬੈਠੇ ਆਪਣੀ ਸਟੋਰੀ ਤੁਸੀਂ ਆਪਣੀ ਸਟੋਰੀ ਸਾਂਝੀ ਕੀਤੀ ਮੇਰੇ ਨਾਲ ਥੈਂਕ ਯੂ ਸਾਡਾ ਬਹੁਤ 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 ਜਿਹੜਾ ਬੇਟਾ ਆ ਉਹਨੇ ਕੀਤੀ ਵਾਟਰ ਵਿਊ ਤੋਂ